ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਹਰ ਪਾਸੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕੁੜੀਆਂ ਵਿੱਚ ਕਾਫੀ ਰੌਣਕਾਂ ਦੇਖੀਆਂ ਜਾ ਰਹੀਆਂ ਹਨ। ਇੱਕ ਸਮਾਗਮ ਜਿਵੇਂ ਖਰੜ ਵਿਖੇ ਕਰਾਇਆ ਗਿਆ, ਪੂਰੇ ਦੇਸ਼ ਭਰ ਵਿੱਚ ਪੰਜਾਬਣਾਂ ਵੱਲੋਂ ਤੀਜਾ ਤਿਉਹਾਰ ਮਨਾਇਆ ਜਾਂਦਾ ਹੈ, ਇੰਡੀਆ ਹੋਵੇ ਜਾਂ ਕੈਨੇਡਾ ਹੋਵੇ। ਆਹ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਝਲਕੀਆਂ। ਖਰੜ ਵਿੱਚ ਕਰਾਏ ਗਏ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਸੁਭਾਸ਼ ਸ਼ਰਮਾ ਪੁੱਜੇ ਅਤੇ ਹੋਰ ਕਈ ਮਹਿਲਾ ਆਗੂ ਵੀ ਪੁੱਜੀਆਂ ਸਨ। ਆਹ ਤੁਹਾਨੂੰ ਦਿਖਾਉਂਦੇ ਹਾਂ ਖਰੜ ਦੀਆਂ ਝਲਕੀਆਂ ਅਤੇ ਕੈਨੇਡਾ ਵਿੱਚ ਬੱਚੇ ਕਿਵੇਂ ਤੀਜ ਮਨਾ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਤੀਆਂ ਦਾ ਪ੍ਰੋਗਰਾਮ ਸੀ, ਜਿਹਦੇ 'ਚ ਖਰੜ, ਮੋਹਾਲੀ, ਨਵਾਂਸ਼ਹਿਰ, ਬਲਾਚੌਰ, ਬੰਗਾ, ਗੜਸ਼ੰਕਰ, ਚਮਕੌਰ ਸਾਹਿਬ, ਇਹਨਾਂ ਸਾਰੇ ਹਲਕਿਆਂ ਤੋਂ ਸਾਡੀਆਂ ਭੈਣਾਂ ਆਈਆਂ ਸੈਂਕੜੇ ਦੀ ਗਿਣਤੀਆਂ 'ਚ। ਔਰ ਬਹੁਤ ਅੱਛਾ ਸੱਭਿਆਚਾਰਕ ਪ੍ਰੋਗਰਾਮ, ਖਾਣ ਪੀਣ ਦਾ ਕਾਰਜਕ੍ਰਮ ਚੱਲ ਰਿਹਾ, ਸਭ ਲੋਕ ਬਹੁਤ ਇੰਜੋਏ ਕਰ ਰਹੇ ਨੇ। ਖਰੜ ਨੂੰ ਆਏ ਹਾਂ ਹਮ, ਜੋ ਡਾਕਟਰ ਸੁਭਾਸ਼ ਸ਼ਰਮਾ ਜੀ ਨੇ ਹਰਿਆਲੀ ਤੀਜ ਕਾ ਕਾਰਜਕ੍ਰਮ ਰੱਖਾ ਹੈ ਪੂਰੇ ਅਨੰਦਪੁਰ ਸਾਹਿਬ ਹਲਕਾ ਕੇ ਲਈ, ਵਹਾਂ ਪਰ ਤੀਜ ਕਾ ਕਾਰਜਕ੍ਰਮ ਮਨਾ ਰਹੇ ਹੈਂ। ਤਿਉਹਾਰ ਸਾਵਣ ਦੀ ਹਰਿਆਲੀ, ਸਾਵਣ ਦੀ ਅਮਾਵਸੀ ਤੀਜ ਨੂੰ ਮਨਾਇਆ ਜਾ ਰਿਹਾ। ਪੂਰੇ ਦੇਸ਼ 'ਚ ਅਲੱਗ ਅਲੱਗ ਪ੍ਰਾਂਤ 'ਚ ਬਹੁਤ ਹੁੰਮ ਹੁਮਾ ਕੇ ਤਿਉਹਾਰ ਮਨਾਇਆ ਜਾਂਦਾ। ਅਸੀਂ ਪੰਜਾਬੀ ਵੀ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਦੇ ਹੋਏ, ਆਪਣੇ ਬੱਚਿਆਂ ਨੂੰ ਦੱਸਦੇ ਹੋਏ ਇਸ ਤਿਉਹਾਰ ਨੂੰ ਅੱਜ ਮਨਾ ਰਹੇ ਹਾਂ। ਨਵਾਂ ਖੂਨ ਬਣਦਾ, ਨਵਾਂ ਜੋਸ਼ ਆਉਂਦਾ, ਸਾਰੀ ਪ੍ਰਕਿਰਤੀ ਹਰੀ ਭਰੀ ਹੋ ਜਾਂਦੀ ਹੈ, ਅਤੇ ਇਹੀ ਮਾਨਵ ਦਾ ਵੀ ਮਨ ਕਰਦਾ ਕਿ ਅਸੀਂ ਵੀ ਨੱਚੀ ਗਾਈਏ ਟੱਪੀਏ। ਸਾਵਣ ਦੇ ਮਹੀਨੇ 'ਚ ਮਨਾਉਂਦੇ ਤੀਜ, ਹਰਿਆਲੀ ਤੀਜ ਕਹਿੰਦੇ ਇਹਦੇ ਵਿੱਚ ਔਰਤਾਂ ਪੀਂਗਾਂ ਝੂਟਦੀਆਂ ਨੇ, ਚਰਖਾ ਕੱਢਦੀਆਂ ਨੇ, ਅਤੇ ਹੋਰ ਵੀ ਜਿਹੜੇ ਸਾਡੇ ਪੁਰਾਣੇ ਟ੍ਰੈਡੀਸ਼ਨਸ ਨੇ ਉਹਨਾਂ ਨੂੰ ਫੋਲੋ। ਦੇਖੋ ਜੀ, ਆਪਾਂ ਆਪਣੇ ਕਲਚਰ ਨੂੰ ਪ੍ਰਮੋਟ ਕਰਾਂਗੇ, ਉਹ ਵੀ ਅੱਛਾ ਹੈ, ਤੋ ਬਿਕੋਜ਼ ਬੱਚਿਆਂ ਵਾਸਤੇ ਬਹੁਤ ਅੱਛਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਫੈਸਟੀਵਲਸ ਕੀ ਨੇ। ਮਹਿੰਦੀ ਲਵਾਉਂਦੇ ਹੈ ਬੱਚੇ, ਲਵਾਉਂਦੇ ਹੈ ਵੱਡੇ, ਖੀਰ ਪੂੜੀ ਖਾਂਦੇ ਹੈ, ਪੀਂਗਾ ਝੂਟਦੇ ਹੈ, ਅਤੇ ਗਿੱਧਾ ਪਾਉਂਦੇ ਹੈ, ਨੱਚਦੇ ਹੈ, ਬਹੁਤ ਜ਼ਿਆਦਾ ਇੰਜੋਏ।